ਜਿਹੜੀ ਹੈਗੀ ਹੈ ਕੁੜੀ ਸ਼ਰਮਾ, ਇਹ ਸੋਹਾਣੇ, ਇਹ ਵੀ ਇੱਥੇ ਨੇੜੇ ਹੀ ਸੋਹਾਣੇ ਜਿਹੜੀ ਹੈਗੀ ਹੈ ਰੈਂਟ 'ਤੇ ਰਹਿੰਦੀ ਹੈ। ਇਹ ਵੀ ਇੱਥੇ ਪਾਰਲਰ ਵਗੈਰਾ ਦਾ ਕੰਮ ਕਰਦੀ ਸੀਗੀ ਅਤੇ ਉੱਥੇ ਹੀ ਘੁੰਮਦੇ ਫਿਰਦੇ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋ ਗਈ। ਇਹ ਇਕੱਠੇ ਹੋ ਗਏ ਅਤੇ ਇਹਨਾਂ ਨੇ ਇਸ ਤਰੀਕੇ ਦੀ ਵਾਰਦਾਤ ਕਰਨ ਦਾ ਪਲਾਨ ਬਣਾ ਲਿਆ। ਜਿਹੜੀ ਇਹ ਸੰਦੀਪ ਕੌਰ ਮਹਿਲਾ ਹੈਗੀ ਹੈ, ਇਹ ਇਹਨਾਂ ਨੂੰ ਹੱਥ ਦਿੰਦੀ ਹੈ ਅਤੇ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕਰਦੀ ਹੈ। ਜਦੋਂ ਇਹ ਕਾਰ ਰੋਕਦੇ ਹੈਗੇ ਉਦੋਂ ਸੀਡਕਟਿਵ ਜੈਸਚਰਸ ਇਹਨਾਂ ਨੂੰ ਕਰਦੀ ਹੈ, ਲਿਓਰ ਕਰਦੀ ਹੈ। ਫਿਰ ਇਹ ਕਾਰ ਦੇ ਵਿੱਚ ਬੈਠ ਜਾਂਦੀ ਹੈ ਅਤੇ ਇਹਨਾਂ ਨੂੰ ਕਹਿੰਦੀ ਹੈ ਕਿ ਆਪਾਂ ਕਿਸੇ ਗੈਰ ਆਬਾਦੀ ਵਾਲੇ ਸੁੰਨਸਾਨ ਜਗ੍ਹਾ 'ਤੇ ਚੱਲਦੇ ਹਾਂ। ਜਦੋਂ ਇਹ ਉੱਥੇ ਲੈ ਕੇ ਜਾਂਦੀ ਹੈ ਉਦੋਂ ਇਸ ਮਹਿਲਾ ਦੇ ਸਾਥੀ ਉੱਥੇ ਆਉਂਦੇ ਹੈਗੇ, ਉਹਨੂੰ ਥਰੈਟਨ ਕਰਕੇ ਉਹਦੇ ਕੋਲੋਂ ਕੈਸ਼ ਵੀ ਲੈ ਲੈਂਦੇ ਹੈ, ਉਹਦਾ ਪਰਸ ਵੀ ਖੋ ਲੈਂਦੇ ਹੈ ਅਤੇ ਉਹਦੇ ਕੋਲੋਂ ਗੂਗਲ ਪੇ ਰਾਹੀਂ ਵੀ ਕੁਛ ਪੈਸੇ ਆਪਣੇ ਅਕਾਊਂਟ ਵਿੱਚ ਟ੍ਰਾਂਸਫਰ ਕਰਵਾ ਲੈਂਦੇ ਹੈ। ਓਕੇ, ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ। ਮਾਨਯੋਗ DGP ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ, ਜਿਹੜਾ ਤੁਸੀਂ ਜਾਣਦੇ ਹੋ ਕਿ ਅਸੀਂ ਸਟਰੀਟ ਕ੍ਰਾਈਮਸ ਦੇ ਉੱਪਰ ਜਿਹੜਾ ਕਰੈਕਡਾਊਨ ਲਾਂਚ ਕੀਤਾ ਹੈਗਾ, ਉਹਦੀ ਲੜੀ ਦੇ ਵਿੱਚ ਸਾਡੇ SSP ਦੀਪਕ ਪਾਰਿਕ ਜੀ ਦੇ ਨੇਤਰਤਵ ਦੇ ਅਧੀਨ ਸਾਡੀ ਟੀਮ ਨੂੰ ਬਹੁਤ ਭਾਰੀ ਕਾਮਯਾਬੀ ਮੌਸੂਲ ਹੋਈ ਹੈ। ਸਾਡੇ SP ਰੂਰਲ ਮਨਪ੍ਰੀਤ ਸਿੰਘ, ਸਾਡੇ SP ਸਿਟੀ ਸਰਦਾਰ ਹਰਬੀਰ ਅਟਵਾਲ, ਸਾਡੇ DSP ਇਨਵੈਸਟੀਗੇਸ਼ਨ ਤਲਵਿੰਦਰ ਸਿੰਘ ਗਿੱਲ, ਸਾਡੇ ਇੰਚਾਰਜ CIA ਹਰਮਿੰਦਰ ਸਿੰਘ, ਸਾਡੇ SHO ਜ਼ੀਰਕਪੁਰ ਜਸਕਵਲ, ਸਾਡੇ SHO ਸੋਹਾਣਾ ਇੰਸਪੈਕਟਰ ਜਸਪ੍ਰੀਤ ਕਾਲੋ, ਇਹਨਾਂ ਸਾਰਿਆਂ ਦੀ ਟੀਮ ਨੇ ਜੁਆਇੰਟ ਟੀਮਸ ਆਪਣੀ ਬਣਾਈ ਔਰ ਬਹੁਤ ਇਹਨਾਂ ਦੇ ਮਿਹਨਤ ਸਦਕਾ ਸਾਡੇ ਗੈਂਗਸ ਆਫ ਰੋਬਰਸ ਐਂਡ ਸਨੈਚਰਸ ਜਿਹੜੇ ਹੈਗੇ ਉਹ ਬਸਟ ਹੋਏ ਔਰ 4 ਮੇਜਰ ਵਾਰਦਾਤ ਆ ਰੋਬਰੀ ਦੀ, ਕਾਰਜੈਕਿੰਗਸ ਦੀ ਅਤੇ ਸਨੈਚਿੰਗ ਦੀ ਸਾਡੀ ਟਰੇਸ ਹੋਈ ਹੈ, ਜਿਹਦੇ ਬਾਰੇ ਮੈਂ ਹੁਣ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਜਿਹੜੀ ਕੱਲ੍ਹ ਰਾਤ ਨੂੰ ਰਾਤ ਸੀਗੀ, ਰਾਤ ਅਰਾਊਂਡ 3:15 AM 'ਤੇ ਸੋਹਾਣਾ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਵਾਰਦਾਤ ਹੋਈ ਸੀਗੀ। ਥਾਰ ਗੱਡੀ ਦੀ ਕਾਰਜੈਕਿੰਗ ਹੋਈ ਸੀਗੀ। ਮਿਸਟਰ ਦੀਪਕ ਅਗਰਵਾਲ ਕੰਪਲੇਨੈਂਟ ਸੀਗੇ ਮੰਡੀ ਗੋਬਿੰਦਗੜ੍ਹ ਤੋਂ, ਜਿਨ੍ਹਾਂ ਨੇ ਕਿਹਾ ਸੀਗਾ ਕਿ ਕੁਛ ਲੋਕ ਆਏ ਸੀਗੇ, ਇੱਕ ਮਾਰੂਤੀ ਕਾਰ ਅਤੇ ਇੱਕ ਮੋਟਰਸਾਈਕਲ 'ਤੇ ਸੀਗੇ, 6-7 ਜਣੇ ਸੀਗੇ। ਇਹਨਾਂ ਨੇ ਇਹਨਾਂ ਦੀ ਗੱਡੀ ਦੇ ਸ਼ੀਸ਼ੇ ਭੰਨਤੇ ਸੀਗੇ ਅਤੇ ਉਸ ਤੋਂ ਬਾਅਦ ਇਹਨਾਂ ਦੀ ਬੋਡੀ 'ਤੇ ਵੀ ਕਾਫੀ ਇੰਜੂਰੀਜ਼ ਕੀਤੀ ਸੀਗੀ, ਬੁਰੀ ਤਰੀਕੇ ਨਾਲ ਇਹਨਾਂ ਨੂੰ ਕੁੱਟਿਆ ਸੀਗਾ। ਇਹਨਾਂ ਦੇ ਨਾਲ ਇੱਕ ਲੇਡੀ ਫਰੈਂਡ ਵੀ ਸੀਗੇ ਅਤੇ ਇਹਨਾਂ ਦੇ ਬ੍ਰੇਸਲੇਟ, ਕੈਸ਼, ਇਹਨਾਂ ਦੀ ਜਿਹੜੀ ਪਰਸ ਵਾਲਟ ਸੀਗਾ ਉਹ ਵੀ ਖੋ ਕੇ ਲੈ ਗਏ ਸੀਗੇ। ਸੋ ਇਹ ਜਿਹੜੀ ਰੋਬਰੀ ਦੀ ਵਾਰਦਾਤ ਸੀਗੀ, ਇਹਦੇ 314 ਨੰਬਰ FIR ਅੰਡਰ ਸੈਕਸ਼ਨ 126(2) ਅਤੇ 309(6) BNS ਸੋਹਾਣਾ ਥਾਣੇ ਦੇ ਵਿੱਚ ਦਰਜ ਆਪਾਂ ਕੀਤੀ ਸੀ ਅਤੇ ਇਸ ਵਾਰਦਾਤ ਨੂੰ ਹਿਊਮਨ ਅਤੇ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ ਇਨਫੋਰਮੇਸ਼ਨ ਬੇਸ 'ਤੇ ਜਿਹੜਾ ਹੈਗਾ ਟਰੇਸ ਕੀਤਾ ਗਿਆ ਹੈ ਅਤੇ ਇਹ ਰੋਬਰਸ ਦੀ ਗੈਂਗ, 6 ਰੋਬਰਸ ਇਹਨਾਂ ਦੇ ਵਿੱਚ ਅਰੈਸਟ ਹੋਏ ਹੈ, ਜਿਨ੍ਹਾਂ ਦੇ ਨਾਮ ਹੈਗੇ ਅਰਸ਼ਦੀਪ ਸਿੰਘ, ਮੇਨ ਸਰਗਨਾ ਹੈਗਾ ਇਸ ਗੈਂਗ ਦਾ, ਜਿਹੜਾ ਕਿ ਬਠਿੰਡੇ ਤੋਂ ਅਰੈਸਟ ਹੋਇਆ ਹੈ, ਬਰਕੰਡੀ ਬਠਿੰਡੇ ਤੋਂ। ਇਹਦੇ ਖਿਲਾਫ 8 FIR ਪਹਿਲਾਂ ਵੀ ਦਰਜ ਹੈਗੇ ਹੈ। ਇਹਦੇ ਕੋਲੋਂ ਇੱਕ ਇਲੀਗਲ ਵੈਪਨ ਵੀ ਜਿਹੜਾ ਹੈਗਾ ਰਿਕਵਰ ਹੋਇਆ ਹੈ, 315 ਬੋਰ ਦਾ। ਇਹਦੇ ਨਾਲ ਜਸਪਾਲ ਸਿੰਘ, ਇਹ ਵੀ ਬਠਿੰਡੇ ਤੋਂ ਹੈਗਾ ਬਟ ਇੱਥੇ ਸੋਹਾਣੇ ਰਹਿੰਦਾ ਸੀਗਾ। ਇਹਦੇ ਨਾਲ ਗੁਰਪ੍ਰੀਤ ਸਿੰਘ, ਇਹ ਵੀ ਚਾਂਦੀਪੁਰ ਸੋਹਾਣੇ ਦਾ ਰਹਿਣ ਵਾਲਾ ਹੈ। ਵਿਕਰਮ ਸਿੰਘ, ਇਹ ਵੀ ਚਾਂਦੀਪੁਰ ਸੋਹਾਣੇ ਦਾ ਰਹਿਣ ਵਾਲਾ ਹੈ। ਨਾਲ ਇੱਕ ਅੰਗਦਜੋਤ ਸਿੰਘ, ਇਹ ਸੈਕਟਰ 35 ਚੰਡੀਗੜ੍ਹ ਦਾ ਰਹਿਣ ਵਾਲਾ ਹੈ। ਅਤੇ ਇੱਕ ਮਹਿਲਾ ਹੈਗੀ ਹੈ ਸ਼ਾਇਮਾ ਖਾਨ ਏਲੀਅਸ ਖੁਸ਼ੀ, ਇਹ ਕਸ਼ਮੀਰ ਦੀ ਹੈਗੀ ਹੈ ਬਟ ਕਰੰਟਲੀ ਸ਼ੀ ਇਜ਼ ਰੈਜ਼ਾਈਡਿੰਗ ਇਨ ਮੋਹਾਲੀ। ਇਸ ਤਰੀਕੇ ਨਾਲ ਇਹ 6 ਮੈਂਬਰੀ ਗੈਂਗ ਜਿਹੜਾ ਹੈਗਾ ਇਹ ਅਰੈਸਟ ਹੋਇਆ ਹੈਗਾ। ਇਹ ਸੇਮ ਗੈਂਗ ਜਿਹੜਾ ਹੈਗਾ ਇਹਨਾਂ ਤੋਂ ਜਿਹੜੀ ਥਾਰ ਗੱਡੀ ਖੋ ਹੋਈ ਸੀਗੀ ਉਹ ਵੀ ਰਿਕਵਰ ਹੋਈ ਹੈਗੀ ਹੈ। ਅਤੇ ਇਸ ਤੋਂ ਇਲਾਵਾ ਜਿਹੜੀ ਇੱਕ ਹੋਰ ਵਾਰਦਾਤ ਤੁਹਾਨੂੰ ਯਾਦ ਹੋਊਗਾ, ਅਰਾਊਂਡ ਕੁਛ ਦਿਨ ਪਹਿਲਾਂ 26-27 ਅਕਤੂਬਰ ਦੀ ਰਾਤ ਨੂੰ ਹੋਈ ਸੀਗੀ, ਇੱਕ I-20 ਕਾਰ ਜਿਹੜੀ ਹੈਗੀ ਹੈ ਉਹਦੀ ਖੋ ਹੋਈ ਸੀਗੀ। ਉਹਦੇ ਵਿੱਚ ਮੋਹਾਲੀ ਕਲੱਬ ਦੇ ਜਿਹੜੇ ਮੈਨੇਜਰ ਹੈਗੇ ਮਿਸਟਰ ਬਲਜਿੰਦਰ ਸਿੰਘ, ਇਹਨਾਂ ਨੇ ਲਿਖਾਇਆ ਸੀਗਾ ਕਿ ਉਹ ਜਦੋਂ ਆਪਣੇ ਕਲੱਬ ਦਾ ਕੰਮਕਾਜ ਖਤਮ ਕਰਕੇ ਰਾਤ ਅਰਾਊਂਡ 4-4:30 ਵਜੇ ਦੇ ਆਸ ਪਾਸ ਆਪਣੇ ਘਰ ਨੂੰ TDI ਸੈਕਟਰ ਜਾ ਰਹੇ ਸੀਗੇ, ਉਦੋਂ ਜਦੋਂ ਇਹਨਾਂ ਨੇ ਗੱਡੀ ਖੜਾਤੀ ਸੀਗੀ ਕੋਰਟ ਕੰਪਲੈਕਸ ਦੇ ਨੇੜੇ, ਹੀ ਵਾਂਟਡ ਟੂ ਅਟੈਂਡ ਟੂ ਨੈਚੁਰਲ ਕਾਲ, ਉਦੋਂ ਉਹਨਾਂ ਨੂੰ ਜਿਹੜਾ ਹੈਗਾ ਇੱਕ ਲੜਕੀ ਨੇ ਖਰੜ ਜਾਣ ਦਾ ਰਸਤਾ ਪੁੱਛਿਆ ਅਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਜਿਹੜੇ ਕੁਛ ਬੰਦੇ ਸੀਗੇ ਉਹ ਆਏ, ਉਹਨਾਂ ਦੇ ਅੱਗੇ ਗੱਡੀ ਖੜੀ ਕੀਤੀ ਅਤੇ ਇਹਨਾਂ ਦੇ ਕਾਰ ਦੀ ਚਾਬੀ ਖੋਲ੍ਹੀ ਅਤੇ ਇਹਨਾਂ ਦੀ ਗੱਡੀ ਜਿਹੜੀ ਹੈਗੀ ਖੋਲ੍ਹੀ, ਉਹਨਾਂ ਦੀ I-20 ਕਾਰ ਸੀਗੀ। ਸੋ ਇਹ ਵਾਰਦਾਤ ਵੀ ਜਿਹੜੀ ਹੈਗੀ ਹੈ
ਉਹ ਵਿਅਕਤੀ ਜਿਹੜੇ ਸੀਗੇ ਉਹ ਸਵਿਫਟ ਡਿਜ਼ਾਇਰ ਕਾਰ ਤੇ ਸੀਗੇ। ਸੋ ਇਹ ਵਾਰਦਾਤ ਜਿਹੜੀ ਹੈਗੀ I-20 ਕਾਰ ਖੋਣ ਦੀ, ਇਹ ਵਾਰਦਾਤ ਵੀ ਇਹੀ ਸੇਮ ਜਿਹੜੀ ਗੈਂਗ ਹੈਗੀ ਹੈ 6 ਬੰਦਿਆਂ ਦੀ। ਇਹਨਾਂ ਵਿੱਚੋਂ ਜਿਹੜੇ 4 ਜਿਹੜੇ 5 ਬੰਦੇ ਹੈਗੇ ਅੰਗਦ, ਖੁਸ਼ੀ, ਅਰਸ਼, ਜਸਪਾਲ ਤੇ ਵਿਕਰਮ, ਇਹਨਾਂ 5 ਬੰਦਿਆਂ ਨੇ ਕੀਤੀ ਹੋਈ ਹੈਗੀ ਹੈ। ਸੋ ਇਸ ਵਾਰਦਾਤ ਦੇ ਵਿੱਚ ਜਿਹੜੀ I-20 ਕਾਰ ਖੋ ਕੀਤੀ ਗਈ ਹੈ, ਇਹ ਕਾਰ ਵੀ ਸਾਡੀ ਟੀਮ ਨੇ ਰਿਕਵਰ ਕਰ ਲਈ ਹੈਗੀ ਹੈ ਤੇ ਇਸ ਵਾਰਦਾਤ ਦੇ ਵਿੱਚ ਯੂਜ਼ ਕੀਤੀ ਗਈ ਸਵਿਫਟ ਡਿਜ਼ਾਇਰ ਕਾਰ ਜਿਹੜੀ ਹੈਗੀ ਹੈ ਉਹ ਵੀ ਰਿਕਵਰ ਹੋ ਗਈ ਹੈ। ਇਸ ਤੋਂ ਬਾਅਦ ਆਪਾਂ ਆਉਂਦੇ ਹੈਗੇ ਜਿਹੜੀ ਹੋਰ ਵਾਰਦਾਤ ਰੋਬਰੀ ਦੀ ਟਰੇਸ ਕੀਤੀ ਹੈ। ਇਹ ਇੱਕ ਗੈਂਗ ਆਫ ਰੋਬਰਸ ਹੈਗੀ ਹੈ ਜਿਹਦੇ ਕੋਲੋਂ ਥਾਰ ਗੱਡੀ ਅਤੇ I-20 ਗੱਡੀ, ਇਹ ਜਿਹੜੀ ਦੋ ਕਾਰ ਜੈਕਿੰਗਸ ਹੈਗੀ ਹੈ, ਇਹ 6 ਮੈਂਬਰੀ ਗੈਂਗ ਨੇ ਇਹ ਦੋ ਕਾਰ ਜੈਕਿੰਗਸ ਕੀਤੀ ਹੈ, ਇਹ ਟਰੇਸ ਹੋਈ ਹੈ। ਹੁਣ ਜਿਹੜਾ ਨੈਕਸਟ ਗੈਂਗ ਫੜਿਆ ਉਹਦੇ ਬਾਰੇ ਮੈਂ ਦੱਸਣ ਲੱਗੀ ਹੈ, ਜਿਨ੍ਹਾਂ ਨੇ ਜ਼ੀਰਕਪੁਰ ਦੇ ਏਰੀਆ 'ਚੋਂ ਦੋ ਖੋਆ ਕੀਤੀਆਂ ਹੋਈ ਹੈ। ਹੁਣ ਜਿਹੜਾ ਨੈਕਸਟ ਗੈਂਗ ਹੈਗਾ ਇਹ ਹੈਗਾ ਮੁਕੇਸ਼ ਕੁਮਾਰ, ਸਨ ਆਫ ਦਰਸ਼ਨ, ਇਹ ਹੈਗਾ ਰਹਿਣ ਵਾਲਾ ਪਿੰਡ ਪਿੱਪਲ ਖੇੜੀ, ਥਾਣਾ ਜ਼ੁਲਕਾ, ਜ਼ਿਲ੍ਹਾ ਪਟਿਆਲਾ। ਗੁਰਜਨ ਸਿੰਘ ਪੁੱਤਰ ਜਸਵੰਤ ਸਿੰਘ, ਵਾਸੀ ਪਿੰਡ ਕਰਾਲਾ, ਥਾਣਾ ਬਨੂੜ, ਜ਼ਿਲ੍ਹਾ ਪਟਿਆਲਾ। ਸੁਖਜਿੰਦਰ ਸਿੰਘ ਉਰਫ ਜੋਨੀ, ਪੁੱਤਰ ਅਮਰਜੀਤ ਸਿੰਘ, ਥਾਣਾ ਬਨੂੜ, ਜ਼ਿਲ੍ਹਾ ਪਟਿਆਲਾ। ਅਤੇ ਇਹਨਾਂ ਦੇ ਨਾਲ ਵੀ ਇੱਕ ਮਹਿਲਾ ਇਨਵੋਲਵ ਹੈਗੀ ਹੈ, ਇਹਦਾ ਨਾਮ ਹੈ ਸੰਦੀਪ ਕੌਰ, ਪੁੱਤਰੀ ਨੇਕ ਸਿੰਘ, ਇਹ ਬਸਤੀ ਜੀਰਾ, ਜ਼ਿਲ੍ਹਾ ਫਿਰੋਜ਼ਪੁਰ ਦੀ ਰਹਿਣ ਵਾਲੀ ਹੈਗੀ ਹੈ। ਸੋ ਇਹ 4 ਜਣਿਆਂ ਦਾ ਇੱਕ ਹੋਰ ਗੈਂਗ ਹੈਗਾ ਜਿਹੜਾ ਜ਼ੀਰਕਪੁਰ ਦੇ ਏਰੀਆ ਦੇ ਵਿੱਚ ਖੋ ਲੁੱਟਾ ਖੋਹ ਦੀ ਵਾਰਦਾਤਾਂ ਕਰਦੇ ਸੀਗੇ। ਇਹਨਾਂ ਦਾ ਇੱਕ 5ਵਾਂ ਜਿਹੜਾ ਮੈਂਬਰ ਹੈਗਾ ਮੋਨੂ, ਇਹ ਹਲੇ ਫੜਿਆ ਨਹੀਂ ਗਿਆ ਹੈਗਾ, ਸਾਡੀ ਟੀਮਾਂ ਇਹਨੂੰ ਫੜਨ ਪਿੱਛੇ ਲੱਗੀਆਂ ਹੋਈਆਂ। ਇਹਨਾਂ ਤੋਂ ਜਿਹੜੀ ਦੋ ਵਾਰਦਾਤਾਂ ਟਰੇਸ ਹੋਈ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਜਿਹੜੀ ਪਹਿਲੀ ਵਾਰਦਾਤ ਇਹਨਾਂ ਤੋਂ ਟਰੇਸ ਹੋਈ ਹੈਗੀ ਹੈ ਉਹ ਹੈਗੀ ਹੈ ਜਿਹੜੀ 27-28 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਇੱਕ ਰਾਹਗੀਰ ਸੀਗੇ ਮਿਸਟਰ ਸਾਗਰ ਹੀਰ, ਇਹ ਅੰਬਾਲਾ ਦੇ ਰਹਿਣ ਵਾਲੇ ਹੈ ਅਤੇ ਜ਼ੀਰਕਪੁਰ ਵਿਖੇ ਕਾਰ ਕੇਅਰ ਦਾ ਕੰਮ ਕਰਦੇ ਹੈਗੇ ਆ। ਅਤੇ ਇਹ ਜਦੋਂ ਰਾਤ ਨੂੰ ਜਾ ਰਹੇ ਸੀਗੇ ਉਦੋਂ ਜਿਹੜੀ ਇਹ ਸੰਦੀਪ ਕੌਰ ਮਹਿਲਾ ਹੈਗੀ ਹੈ ਇਹ ਇਹਨਾਂ ਨੂੰ ਹੱਥ ਦਿੰਦੀ ਹੈ ਅਤੇ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕਰਦੀ ਹੈ ਅਤੇ ਲਿਫਟ ਮੰਗਣ ਟਾਈਪ ਦਾ ਇਸ਼ਾਰਾ ਕਰਦੀ ਹੈ। ਉਸ ਤੋਂ ਬਾਅਦ ਜਦੋਂ ਇਹ ਕਾਰ ਰੋਕਦੇ ਹੈਗੇ ਉਦੋਂ ਸੀਡਕਟਿਵ ਜੈਸਚਰਸ ਇਹਨਾਂ ਨੂੰ ਕਰਦੀ ਹੈ, ਲਿਓਰ ਕਰਦੀ ਹੈ, ਐਜ਼ ਇਫ ਸ਼ੀ ਇਜ਼ ਟਰਾਇੰਗ ਟੂ ਲਿਓਰ ਹਿਮ ਫੋਰ ਸਮ ਰੋਂਗਫੁੱਲ ਸੋਰਟ ਆਫ ਐਕਟੀਵਿਟੀਜ਼। ਫਿਰ ਇਹ ਕਾਰ ਦੇ ਵਿੱਚ ਬੈਠ ਜਾਂਦੀ ਹੈ ਅਤੇ ਇਹਨਾਂ ਨੂੰ ਕਹਿੰਦੀ ਹੈ ਕਿ ਆਪਾਂ ਕਿਸੇ ਗੈਰ ਆਬਾਦੀ ਵਾਲੇ ਸੁੰਨਸਾਨ ਜਗ੍ਹਾ 'ਤੇ ਚੱਲਦੇ ਹੈ। ਜਦੋਂ ਇਹ ਮੰਨ ਜਾਂਦੇ ਹੈਗੇ ਉਦੋਂ ਉਹਨਾਂ ਨੂੰ ਇੱਕ ਗੈਰ ਆਬਾਦੀ ਵਾਲੇ ਸੁੰਨਸਾਨ ਜਗ੍ਹਾ 'ਤੇ ਲੈ ਕੇ ਜਾਂਦੀ ਹੈ। ਜਦੋਂ ਇਹ ਉੱਥੇ ਲੈ ਕੇ ਜਾਂਦੀ ਹੈ ਉਦੋਂ ਇਸ ਮਹਿਲਾ ਦੇ ਸਾਥੀ ਉੱਥੇ ਆਉਂਦੇ ਹੈਗੇ, ਉਹ ਜ਼ਬਰਦਸਤੀ ਗੱਡੀ ਦੇ ਦਰਵਾਜ਼ੇ ਖੋਲ੍ਹ ਕੇ ਗੱਡੀ ਦੇ ਅੰਦਰ ਫੋਰਸੀਬਲੀ ਘੁਸ ਜਾਂਦੇ ਹੈ। ਇਹ ਕੰਪਲੇਨੈਂਟ ਨੂੰ ਥਰੈਟਨ ਕਰਦੇ ਹੈ ਅਤੇ ਉਹਨੂੰ ਥਰੈਟਨ ਕਰਕੇ ਉਹਦੇ ਕੋਲੋਂ ਕੈਸ਼ ਵੀ ਲੈ ਲੈਂਦੇ ਹੈ, ਉਹਦਾ ਪਰਸ ਵੀ ਖੋ ਲੈਂਦੇ ਹੈ ਅਤੇ ਉਹਦੇ ਕੋਲੋਂ ਗੂਗਲ ਪੇ ਰਾਹੀਂ ਵੀ ਕੁਛ ਪੈਸੇ ਆਪਣੇ ਅਕਾਊਂਟ ਵਿੱਚ ਟ੍ਰਾਂਸਫਰ ਕਰਵਾ ਲੈਂਦੇ ਹੈ। ਸੋ ਇਹ ਕੇਸ ਜਿਹੜਾ ਹੈਗਾ ਇਹ ਵੀ ਜਿਹੜਾ ਇਹਨਾਂ ਨੇ ਗੂਗਲ ਪੇ ਤੋਂ ਟ੍ਰਾਂਸਫਰ ਕੀਤਾ ਹੈ ਉਸ ਆਧਾਰ 'ਤੇ ਅਤੇ ਕੁਛ ਇਨਫੋਰਮੇਸ਼ਨ ਦੇ ਆਧਾਰ 'ਤੇ ਆਪਾਂ ਟਰੇਸ ਕੀਤਾ ਹੈ ਅਤੇ ਇਹ ਮੈਂਬਰ ਜਿਹੜੇ ਹੈਗੇ ਇਹ ਸਾਰੇ ਅਰੈਸਟ ਹੋਏ ਹੈਗੇ। ਸੋ ਇਹ ਸਿਮੀਲਰ ਵਾਰਦਾਤ ਜਿਹੜੀ ਹੈਗੀ ਇਹ ਮੋਡਸ ਓਪਰੈਂਡੀ ਇਸ ਮਹਿਲਾ ਇਹ ਜਿਹੜੀ ਸੰਦੀਪ ਕੌਰ ਹੈਗੀ ਹੈ ਇਹਨੇ ਪਹਿਲਾਂ ਵੀ ਯੂਜ਼ ਕੀਤੀ ਹੈ। 209 ਨੰਬਰ FIR 2024 ਦੀ ਪੁਲਿਸ ਸਟੇਸ਼ਨ ਜ਼ੀਰਕਪੁਰ ਦੇ ਵਿੱਚ ਦਰਜ ਹੈ। ਉਹਦੇ ਵਿੱਚ ਵੀ ਜਿਹੜੇ ਕੰਪਲੇਨੈਂਟ ਸੀਗੇ ਉਹਨਾਂ ਨਾਲ ਸਿਮੀਲਰ ਵਾਰਦਾਤ ਇਹ ਲੇਡੀ ਨੇ ਯੂਜ਼ ਕੀਤੀ ਹੈ, ਲੇਕਿਨ ਉਹਦੇ ਵਿੱਚ ਜਿਹੜੇ ਕੋ ਅਕਿਊਜ਼ ਸੀਗੇ ਉਹ ਡਿਫਰੈਂਟ ਸੀਗੇ ਇਸ ਲੇਡੀ ਦੇ, ਲੇਕਿਨ ਸਿਮੀਲਰ ਮੋਡਸ ਓਪਰੈਂਡੀ ਵਰਤ ਕੇ ਉਹਨੇ ਐਕਸਟੋਰਸ਼ਨ ਉਸ FIR ਦੇ ਵਿੱਚ ਵੀ ਉਸ ਕੰਪਲੇਨੈਂਟ ਨਾਲ ਕੀਤੀ ਸੀਗੀ। ਇਸ ਤੋਂ ਇਲਾਵਾ ਇੱਕ ਹੋਰ ਵਾਰਦਾਤ ਜਿਹੜੀ ਇਸ ਗੈਂਗ ਤੋਂ ਟਰੇਸ ਹੋਈ ਹੈ ਉਹ ਹੈਗੀ 485 ਨੰਬਰ FIR ਪੁਲਿਸ ਸਟੇਸ਼ਨ ਜ਼ੀਰਕਪੁਰ ਦੀ। ਇਹ ਵੀ ਰੋਬਰੀ ਦੀ FIR ਹੈਗੀ ਹੈ। ਇਹਦੇ ਵਿੱਚ ਮੁਹੰਮਦ ਉਮਰ ਕਰਕੇ ਕੰਪਲੇਨੈਂਟ ਹੈਗੇ, ਇਹਨਾਂ ਦੇ ਕਜ਼ਿਨ ਬ੍ਰਦਰ ਜਿਹੜੇ ਸਫਾਈ ਕਰਮਚਾਰੀ ਦੇ ਕੰਮ ਕਰਦੇ ਹੈਗੇ ਸੀ, ਇਹ ਆਪਣੇ ਚਾਚਾ ਜੀ ਦੇ ਨਾਲ ਜਾ ਰਹੇ ਸੀਗੇ ਰਾਤ ਨੂੰ। 31 ਅਕਤੂਬਰ ਅਤੇ 1 ਨਵੰਬਰ ਦੀ ਦਰਮਿਆਨੀ ਰਾਤ ਨੂੰ ਜਦੋਂ ਇਹ ਲੋਹਗੜ੍ਹ ਤੋਂ ਦਿਆਲਪੁਰਾ ਜਾ ਰਹੇ ਸੀਗੇ ਉਦੋਂ AKM ਪੈਲੇਸ ਦੇ ਸਾਹਮਣੇ, ਅਤੇ ਜਦੋਂ ਇਹ ਜਾ ਰਹੇ ਸੀਗੇ ਉਦੋਂ ਇਹਨਾਂ ਗੈਂਗ ਮੈਂਬਰਾਂ ਨੇ ਹੀ ਸਿਮੀਲਰ ਤਰੀਕੇ ਨਾਲ ਜਿਹੜਾ ਹੈਗਾ ਇਹਨਾਂ ਦੇ ਬ੍ਰਦਰ ਨੂੰ, ਇਹ ਕਜ਼ਿਨ ਬ੍ਰਦਰ ਨੂੰ
चाकू नाल मार के इना दे नाल थ्रेटनिंग करके उन्हां तों जिहड़ा हैगा 3,000 रुपए जिहड़े हैगे इन्हां तों खो ले सीगे। ਉਹ ਜਿਹੜਾ ਜਿਨ੍ਹਾਂ ਤੋਂ ਖੋਏ ਸੀਗੇ ਉਹਨਾਂ ਦਾ ਨਾਮ ਹੈਗਾ ਅਹਿਮਦ ਫਰਮਾਨ ਤੇ ਅਹਿਮਦ ਫਰਮਾਨ ਦੇ ਨਾਲ ਉਹਨਾਂ ਦੇ ਚਾਚਾ ਜੀ ਵੀ ਸੀਗੇ। ਇਹਨਾਂ ਦੋਨਾਂ ਨੂੰ ਜਿਹੜਾ ਹੈਗਾ ਚਾਕੂ ਮਾਰ ਕੇ ਜ਼ਖਮੀ ਵੀ ਕੀਤਾ ਗਿਆ ਸੀਗਾ। ਸੋ ਇਹ ਦੋਨੋਂ ਰੋਬਰੀ ਦੀ ਵਾਰਦਾਤ ਇਹਨਾਂ ਤੋਂ ਟਰੇਸ ਹੋਈ ਹੈ। ਇਹਨਾਂ ਵਿੱਚੋਂ ਜਿਹੜਾ ਇੱਕ ਦੋਸ਼ੀ ਗੁਰਜਨ ਜਿਹੜਾ ਗ੍ਰਿਫਤਾਰ ਹੋਇਆ ਹੈਗਾ ਉਹਦੇ ਖਿਲਾਫ ਵੀ ਉਹਦਾ ਵੀ ਕ੍ਰਿਮੀਨਲ ਰਿਕਾਰਡ ਹੈਗਾ। ਸਿਟੀ ਰਾਜਪੁਰਾ ਥਾਣਾ ਪਟਿਆਲਾ ਦੇ ਵਿੱਚ ਇਹਦੇ ਖਿਲਾਫ NDPS ਦੀ FIR ਦਰਜ ਹੈਗੀ ਹੈ। सो इस तरीके नाल दो ये मेजर गैंग्स जिहड़े हैगे आज अरेस्ट हुए है जिन्हां तो टोटल 4 वारदात अपनी ट्रेस हुई है। इस तो इलावा जिहड़ा प्रेस नोट आपां तुहाडे सामने सर्कुलेट होया होना उहदे विच एक स्नैचिंग्स का डेटा असी कोशिश की है कि तुहाडे नाल सांझा करिए। उहदे विच जे तुसी देखोगे कि तो 1 अगस्त तो लेके 31 अक्टूबर तक का जिहड़ा स्नैचिंग का डेटा है उन्दे विच साढ़े हुण तक असी 94 स्नैचर्स रॉबर्स जिहड़े अरेस्ट किए ते 87 खो होए मोबाइल्स जिहड़े रिकवरी हुई है। 135 ग्राम गोल्ड जिहड़ा चेन या बालिया स्नैच हुई है उहदी रिकवरी हुई है। तो इस तों इलावा 2.36 लाख कैश जिहड़ा हैगा वह रिकवर्ड होया है स्नैच या रॉब्ड कैश। इस तों इलावा असी एक प्रोफाइल एनालिसिस भी किया हैगा जिहड़े स्नैचर्स और रॉबर्स हैगे क्योंकि ये सिर्फ तुसी कह सकते हो कि एक डिटेक्शन वर्क ही नाल ही संबंधित वर्क नहीं है। इन्दे विच प्रिवेंटिव वर्क ते डिटरेंस वर्क भी जरूरी है ते नाल सोशल फैक्टर्स केड़े इन्वॉल्व हैगे वह भी असी देख रहे। तो एक ड्रग्स भी एक फैक्टर हैगा। सो ड्रग्स के खिलाफ भी जड़ी हैगी एक असी वड्डी मुहिम छेड़ी हुई हैगी है। तुसी सारे जने जानते हैगे कि मान्योग CM पंजाब जी ने भी ये वड्डे पद्धर ते स्टेट लैवल ते सारे पुलिस अफसरां दी मीटिंग लई सीगी ते असी ड्रग्स के खिलाफ एक विशेष मुहिम 17 जून तो शुरू की हुई सी। तो हूँ असी एक ओदा भी स्टैटिस्टिक्स जड़ा हैगा तोड़े नाल सांझा किया है कि 1 अगस्त तो लेके 31 दस तक जे तुसी देखोगे अफीम की भारी मात्रा दे विच रिकवरी हैगी है। 33 किलो तो उपर अफीम की रिकवरी है तो 2.5 किलो के करीब हैरोइन की रिकवरी NDPS एक्ट के अधीन आपां कीती हुई है। टोटल 60 FIR दर्ज है तो 90 अक्यूज जड़े है NDPS एक्ट के अधीन आपां अरेस्ट किए हुए हैं। उस तो अलावा 7 केसेस दे विच जड़ी हैगी है 7 अक्यूज परसनस की प्रॉपर्टीज़ अटैचमेंट दे केस हुण तक सक्सेसफुल हो चुके हैं जिदी वैल्यू 62 लाख तो उपर है। तो 2 केसेस जड़े हैगे 68F NDPS एक्ट के अधीन प्रिपेयर हो चुके हैं जिन्हां दी प्रपोज वैल्यू जड़ी हैगी है वह 1,77,00,000 के करीब हैगी है। तो अलावा तुसी सारे जने जानते हो कि 3B2 मार्केट दे विच आपां पिछले कुछ दिनों तो एक प्लान शुरू किया हैगा। उत्थे हुलीगनिज़म दी ते आवारागर्दी दी काफ़ी शिकायत आती सीगी ते फैमिलीज़ नू सुरक्षित महसूस नहीं सी हुंदा जानदा ते उत्थों दे जिहड़ी मार्केट एसोसीएशन है उन्हां दे सहयोग नाल कुछ म्यूनसीपल कमेटी दे सहयोग नाल ते कुछ उत्थों दे जिहड़े लोग हैगे उन्हां दे सहयोग नाल आपां उत्थे एक अभियान चलाया। उत्थों दे जिहड़े कुछ एंट्री एग्जिट जिहड़ी हैगी रेगुलेट करन दी आपां कोशिश कीती है। कुछ एंट्री पॉइंट्स आपां बंद कीते हैं ते उत्थों दे जिहड़े थाना हैगा उहनूं आपां स्पेशली एंट्री एग्जिट चेकिंग लई कुछ फोर्स भी आपां प्रोवाइड कीती है। उस तों इलावा उत्थे हुण 12 CCTV कैमराज जिहड़े डे नाइट विजन वाले हैगे उह इंस्टॉल कीते गए उत्थों दी मार्केट एसोसीएशन दी सहयोग नाल ते जल्द ही वो अपन कुछ सिक्योरिटी गार्ड्स भी प्रोवाइड करेंगे जिदे नाल अपनी फोर्स जड़ी हैगी मल्टीप्लाई हो जूगी। एदा काफ़ी चंगा इंपैक्ट जड़ा हैगा उदी पब्लिक तो सानू फीडबैक आई है कि वो हुण काफ़ी सेफ फील करते हैगे। मैं भी एक दिन उत्थे मार्केट दे विच गई सीगी ते पब्लिक नाल गलबात कीती सीगी कुछ कुड़ियां नू भी मैं पूछया सीगा सो दे गेव मी क्वाइट पॉजिटिव फीडबैक। बाकी तुसी भी जड़ा हैगा सानू फीडबैक इहदे बारे दे सकदे हो। उस तो बाद आप आईए ट्रैफिक मैनेजमेंट ते जिवें आप गल कर रहे सीगे कि स्नैचिंग ते होर तरीके दा जिहड़ा स्ट्रीट क्राइम हैगा उहनू कंट्रोल करन लई आपां हर एंगल तो कम कर रहे हैगे तो उहदा एक पार्ट जिहड़ा हैगा ट्रैफिक मैनेजमेंट दा भी हैगा। तो प्लस इहदे नाल लोकां दी जान नू जिहड़ा खतरा हैगा उह भी आपां घटाउणा हैगा। इस करके ड्रंकन ड्राइविंग ते विशेष फोकस आपां रख्या हैगा। पिछले 3 महीनों के विच
ਆਪਾਂ 905 ਚਲਾਨ ਡਰੰਕਨ ਡਰਾਈਵਿੰਗ ਦੇ ਇਸ਼ੂ ਕੀਤੇ ਹੈਗੇ ਤੇ ਇਹ ਡਰਾਈਵ ਸਾਡੀ ਅੱਗੇ ਵੀ ਜਾਰੀ ਰਹੂਗੀ ਤੇ ਇਹਦੇ ਵਿੱਚ ਆਪਾਂ ਕਈ ਵਹੀਕਲਸ ਜਿਹੜੇ ਹੈਗੇ ਇੰਪਾਊਂਡ ਵੀ ਕੀਤੇ ਹੈ ਤੇ 3B2 ਮਾਰਕੀਟ ਦੇ ਵਿੱਚ ਵੀ ਜਿਹੜੇ ਪਬਲਿਕ ਡਰਿੰਕਿੰਗ ਕਰਦੇ ਹੈਗੇ ਗੱਡੀ ਦੇ ਵਿੱਚ ਬੈਠ ਕੇ ਸ਼ਰਾਬ ਪੀਂਦੇ ਹੈਗੇ ਉਹ ਗੱਡੀਆਂ ਵੀ ਆਪਾਂ ਇੰਪਾਊਂਡ ਕੀਤੀ ਹੈ ਇਹ ਡਰਾਈਵ ਸਾਡੀ ਅੱਗੇ ਵੀ ਜਾਰੀ ਰਹੂਗੀ ਡਰੰਕਨ ਡਰਾਈਵਿੰਗ ਜਿਹੜੇ ਕਰਦੇ ਹੈ ਉਹ ਆਪਣੇ ਜਾਨ ਨੂੰ ਤਾਂ ਖਤਰਾ ਪੈਦਾ ਕਰਦੇ ਹੀ ਹੈ ਉਹ ਲੋਕਾਂ ਦੀ ਜਾਨ ਵਾਸਤੇ ਵੀ ਬਹੁਤ ਵੱਡਾ ਖਤਰਾ ਹੈਗਾ ਸੋ ਇਹ ਡਰਾਈਵ ਨੂੰ ਅਸੀਂ ਅੱਗੇ ਵੀ ਵਧਾਉਣਗੇ ਇਸ ਤੋਂ ਇਲਾਵਾ ਚਲਾਨਿੰਗ ਡਰਾਈਵ ਜਿਹੜੀ ਹੈਗੀ ਹੈ ਉਹ ਵੀ ਸਾਡੀ ਜਾਰੀ ਰਹੂਗੀ ਇਹਦੇ 'ਤੇ ਸਪੈਸ਼ਲ ਫੋਕਸ ਜਿਹੜਾ ਹੈਗਾ ਸਾਡਾ ਹੈਗਾ ਮੋਟਰਸਾਈਕਲਾਂ ਦੇ ਉੱਤੇ ਜਿਹੜੇ ਯੰਗ ਲੋਕ ਹੈਗੇ 18-40 ਏਜ ਗਰੁੱਪ ਦਾ ਜਿਹੜੇ ਕਿ ਸਟਰੀਟ ਕ੍ਰਾਈਮ ਦੇ ਵਿੱਚ ਪਾਰਟੀਸੀਪੇਟ ਕਰਦੇ ਹੈਗੇ ਉਹਨਾਂ 'ਤੇ ਹੈਗੇ ਜਿਹੜੇ ਨੰਬਰ ਪਲੇਟ ਗਲਤ ਤਰੀਕੇ ਨਾਲ ਲਾਉਂਦੇ ਹੈਗੇ ਜਾਂ ਆਪਣੇ ਫੇਸਿਸ ਕਵਰ ਕਰਕੇ ਚੱਲਦੇ ਜਾਂ ਟ੍ਰਿਪਲ ਰਾਈਡਿੰਗ ਕਰਦੇ ਉਹਨਾਂ 'ਤੇ ਅਸੀਂ ਖਾਸ ਫੋਕਸ ਇਹਦੇ ਵਿੱਚ ਰੱਖਿਆ ਹੈਗਾ ਇਸ ਤੋਂ ਇਲਾਵਾ ਤੁਸੀਂ ਜਾਣਦੇ ਹੋ ਮਾਨਯੋਗ DGP ਪੰਜਾਬ ਜੀ ਨੇ 9 ਅਕਤੂਬਰ ਨੂੰ ਸੇਫ ਨੇਬਰਹੁੱਡ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀਗੀ ਉਹ ਆਪ ਆਏ ਸੀਗੇ ਰੈਸੀਡੈਂਟ ਵੈਲਫੇਅਰ ਐਸੋਸੀਏਸ਼ਨਸ ਨਾਲ ਉਹਨਾਂ ਨੇ ਇੱਕ ਮੀਟਿੰਗ ਕੀਤੀ ਸੀਗੀ ਸੋ ਇਸ ਪ੍ਰੋਜੈਕਟ ਨੂੰ ਅਸੀਂ ਅੱਗੇ ਵਧਾ ਰਹੇ ਸਾਡੇ SSP SP DSP SHOs ਜਿਹੜੇ ਹੈਗੇ ਇਹਨਾਂ ਨਾਲ ਮੀਟਿੰਗਾਂ ਕਰ ਰਹੇ ਹੁਣ ਤੱਕ 35 ਮੀਟਿੰਗਸ ਇਸ ਤਰੀਕੇ ਦੀ ਹੋ ਚੁੱਕੀ ਹੈ ਅਤੇ ਪੰਜਾਬ ਪੁਲਿਸ ਦਾ ਜਿਹੜਾ ਕਮਿਊਨਿਟੀ ਇੰਗੇਜਮੈਂਟ ਪ੍ਰੋਗਰਾਮ ਹੈਗਾ ਸਾਂਝ ਉਹ ਸਾਂਝ ਕੇਂਦਰ ਦੇ ਮਾਧਿਅਮ ਨਾਲ ਅਸੀਂ ਇਹਨੂੰ ਇੰਸਟੀਟਿਊਸ਼ਨਲਾਈਜ਼ ਕਰ ਰਹੇ ਹੈਗੇ ਅਤੇ ਉਹਨਾਂ ਦੇ ਮਾਧਿਅਮ ਨਾਲ ਅਸੀਂ ਜੋ ਵੀ ਫੀਡਬੈਕ ਆ ਰਿਹਾ ਉਹਨੂੰ ਟੈਬੂਲੇਟ ਕਰ ਰਹੇ ਅਤੇ ਉਹਦੇ ਵਿੱਚ ਜੋ ਐਕਸ਼ਨ ਟੇਕਨ ਅਸੀਂ ਕਰਨਾ ਹੈਗਾ ਉਹਨੂੰ ਅਸੀਂ ਕੋਆਰਡੀਨੇਟਡ ਵੇ ਨਾਲ ਉਹਨੂੰ ਕਰਵਾ ਰਹੇ ਹਾਂ ਅਤੇ ਇਹ ਕੰਮ ਵੀ ਅੱਗੇ ਜਾਰੀ ਰਹੂਗਾ ਜਿਵੇਂ ਮੈਂ ਤੁਹਾਨੂੰ ਅੱਗੇ ਦੱਸ ਰਹੀ ਸੀਗੀ ਕਿ ਪ੍ਰਾਈਵੇਟ ਚੌਕੀਦਾਰ ਜਿਵੇਂ ਮਾਰਕੀਟ ਐਸੋਸੀਏਸ਼ਨਸ ਰੱਖ ਰਹੇ ਹੈ ਉਹਨਾਂ ਨੂੰ ਅਸੀਂ ਆਪਣੇ ਨਾਲ ਜੋੜ ਰਹੇ ਮਿਸ਼ਨ ਨਿਗਰਾਨੀ ਦੇ ਅੰਡਰ ਸੋ ਇਸ ਕੰਮ ਨੂੰ ਵੀ ਅਸੀਂ ਅੱਗੇ ਲੈ ਕੇ ਜਾਵਾਂਗੇ ਸੋ ਦੈਟ ਜਿਹੜੀ ਫੋਰਸ ਦੀ ਘਾਟ ਹੈਗੀ ਫੋਰਸ ਦੀ ਕਮੀ ਹੈਗੀ ਹੈ ਉਹਨੂੰ ਪੂਰਾ ਕੀਤਾ ਜਾ ਸਕੇ ਅਤੇ ਇਹ ਜਿਹੜੇ ਚੌਕੀਦਾਰਸ ਹੈਗੇ ਇਹ ਐਜ਼ ਆਈਜ਼ ਐਂਡ ਈਅਰਸ ਆਫ ਪੁਲਿਸ ਡਿਪਾਰਟਮੈਂਟ ਸਾਡੇ ਨਾਲ ਕੰਮ ਕਰ ਸਕਣ ਸਾਡੇ ਨਾਲ ਜੁੜ ਸਕਣ ਸੋ ਐਜ਼ ਅ ਫੋਰਸ ਮਲਟੀਪਲਾਇਰ ਇਹਨਾਂ ਨੂੰ ਅਸੀਂ ਆਪਣੇ ਨਾਲ ਜੋੜਨਾ ਚਾਹੁੰਦੇ ਸੋ ਇਹ ਮਿਸ਼ਨ ਨਿਗਰਾਨੀ ਨੂੰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਅੱਗੇ ਲੈ ਕੇ ਜਾਵਾਂਗੇ ਇਸ ਤੋਂ ਇਲਾਵਾ ਐਕਸਪੈਂਡਿੰਗ CCTV ਨੈਟਵਰਕ ਇਹ ਸਾਡਾ ਬਹੁਤ ਹੀ ਐਂਬੀਸ਼ੀਅਸ ਪ੍ਰੋਜੈਕਟ ਹੈਗਾ ਸਮਾਰਟ ਸਿਟੀ ਦੇ ਅੰਦਰ ਜਿਵੇਂ 200 ਕੈਮਰਾ 20 ਲੋਕੇਸ਼ਨਸ 'ਤੇ ਲੱਗ ਰਿਹਾ ਇਹਨਾਂ ਦਾ ਸੈਂਟਰਲਾਈਜ਼ ਕੰਟਰੋਲ ਰੂਮ ਓਪਰੇਸ਼ਨਲਾਈਜ਼ ਹੋ ਰਿਹਾ ਪੁਲਿਸ ਸਟੇਸ਼ਨ ਸੋਹਾਣਾ ਦੇ ਵਿੱਚ ਪੁਲਿਸ ਸਟੇਸ਼ਨ ਜ਼ੀਰਕਪੁਰ ਦੇ ਵਿੱਚ ਲੱਗ ਰਿਹਾ ਹੈ 70 RF ਬੇਸ ਵਾਇਰਲੈਸ CCTV ਕੈਮਰਾਜ਼ ਅਤੇ ਪੁਲਿਸ ਸਟੇਸ਼ਨ ਡੇਰਾ ਬੱਸੀ ਦੇ ਵਿੱਚ ਲੱਗ ਰਿਹਾ 61 ਵਾਇਰਲੈਸ CCTV ਕੈਮਰਾਜ਼ 3B2 ਦੇ ਵਿੱਚ ਆਲਰੇਡੀ 12 CCTV ਕੈਮਰਾਜ਼ ਜਿਹੜੇ ਹੈਗੇ ਉਹ ਲੱਗ ਚੁੱਕੇ ਹੈ ਅਤੇ ਜਿਹੜੇ ਡਾਰਕ ਸਪੋਟਸ ਐਂਡ ਹੋਟ ਸਪੋਟਸ ਹੈ ਕ੍ਰਾਈਮਸ ਦੇ ਜਿਵੇਂ ਕਿ ਸਾਡਾ ਏਅਰਪੋਰਟ ਰੋਡ ਹੈ ਛੱਤ ਲਾਈਟ ਪੁਆਇੰਟਸ ਹੈ ਡੇਰਾ ਬੱਸੀ ਹੈ ਇਹਨਾਂ ਸਾਰਿਆਂ ਨੂੰ ਕਵਰ ਕਰਨਾ ਹੈਗਾ ਅਸੀਂ CCTV ਕੈਮਰਾਜ਼ ਦੇ ਨੈਟਵਰਕ ਨਾਲ ਅਰਾਊਂਡ 150 ਕੈਮਰਾਜ਼ ਜਿਹੜੇ ਹੈਗੇ ਅਸੀਂ ਇੱਥੇ ਇੰਸਟਾਲ ਕਰਾਂਗੇ ਵਿਦ ਦਾ ਹੈਲਪ ਆਫ CSR ਐਂਡ ਵਿਦ ਦਾ ਹੈਲਪ ਆਫ ਮਿਊਨਸੀਪਲ ਕਮੇਟੀ ਇਸ ਤੋਂ ਇਲਾਵਾ ਤੁਸੀਂ ਦੇਖਿਆ ਹੋਣਾ ਜਿਹੜਾ ਜਦੋਂ ਹੁਣ ਅਸੀਂ ਨਾਕੇ ਲਾ ਰਹੇ ਉੱਥੇ ਸਾਡੇ ਪੁਲਿਸ ਪਰਸਨਲ ਨੂੰ ਅਸੀਂ ਬੋਡੀ ਕੈਮਰਾਜ਼ ਪ੍ਰੋਵਾਈਡ ਕੀਤੇ ਅਤੇ ਉਸ ਤੋਂ ਇਲਾਵਾ ਟ੍ਰਾਈਪੋਡ ਦੇ ਉੱਤੇ ਜਿਹੜੇ ਲੱਗੇ ਹੋਏ ਸੋਲਰ ਕੈਮਰਾਜ਼ ਉਹ ਪ੍ਰੋਵਾਈਡ ਕੀਤੇ ਹੋਏ ਹੈ ਇਹਦਾ ਮੰਤਵ ਇਹੀ ਹੈ ਕਿ ਸਾਡੇ ਜਿਹੜੇ ਪੁਲਿਸ ਪਰਸਨਲ ਹੈ ਇਹਨਾਂ ਨੂੰ ਅਸੀਂ ਇਨਕਰੇਜ ਕਰ ਰਹੇ ਮੋਟੀਵੇਟ ਕਰ ਰਹੇ ਕਿ ਉਹ ਜਦੋਂ ਸਿਟੀਜ਼ਨਸ ਨਾਲ ਗੱਲਬਾਤ ਕਰਦੇ ਹੈ ਉਹਨਾਂ ਦਾ ਬਿਹੇਵੀਅਰ ਜਿਹੜਾ ਹੈ ਉਹ ਕਰਟੀਅਸ ਅਤੇ ਪੋਲਾਈਟ ਰਹੇ ਅਤੇ ਐਟ ਦਾ ਸੇਮ ਟਾਈਮ ਸਿਟੀਜ਼ਨਸ ਵੱਲੋਂ ਵੀ ਜਿਹੜਾ ਉਹਨਾਂ ਨੂੰ ਰਿਸਪੋਂਸ ਮਿਲੇ ਉਹ ਵੀ ਕਰਟੀਅਸ ਅਤੇ ਪੋਲਾਈਟ ਰਹੇ ਸੋ ਆਈ ਐਮ ਵੈਰੀ ਹੈਪੀ ਟੂ ਸ਼ੇਅਰ ਵਿਥ ਯੂ ਕਿ ਜਦੋਂ ਤੋਂ ਅਸੀਂ ਇਹ ਕੈਮਰਾਜ਼ ਲਗਾਏ ਇੰਸਟਾਲ ਕੀਤੇ ਉਸ ਤੋਂ ਬਾਅਦ ਸਾਨੂੰ ਕੋਈ ਵੀ ਇਸ ਤਰੀਕੇ ਦੀ ਸ਼ਿਕਾਇਤ ਜਿਹੜੀ ਹੈਗੀ ਹੈ ਮਿਸਬਿਹੇਵੀਅਰ ਦੀ ਉਹ ਦੋਨੋਂ ਪੱਖੋਂ ਆਉਣਾ ਬੰਦ ਹੋ ਗਿਆ ਹੈ ਇਸ ਤੋਂ ਇਲਾਵਾ ਅਸੀਂ ਵੱਡੇ ਪੈਮਾਨੇ 'ਤੇ ਬੈਰੀਕੇਡਸ ਜਿਹੜੇ ਹੈਗੇ ਉਹ ਵੀ ਬਣਵਾ ਰਹੇ ਹਾਂ ਸੋ ਦੈਟ ਜਿਹੜੇ ਲੋਅ ਐਂਡ ਆਰਡਰ ਦੇ ਇਸ਼ੂਜ਼ ਹੈ ਜਾਂ ਟ੍ਰੈਫਿਕ ਰੈਗੂਲੇਸ਼ਨ ਹੈ ਉਹਦੇ ਵਿੱਚ ਵੀ ਸਾਨੂੰ ਮਦਦ ਮਿਲ ਸਕੇ ਸੋ ਇਸ ਤਰੀਕੇ ਦਾ ਇੱਕ ਫਿਊਚਰਿਸਟਿਕ ਪਲਾਨ ਲੈ ਕੇ ਅਸੀਂ ਲੋਕਾਂ ਦੇ ਸਾਹਮਣੇ ਆ ਰਹੇ ਸੋ ਦੈਟ ਸਿਟੀਜ਼ਨਸ ਨੂੰ ਇੱਕ ਸੁਰੱਖਿਅਤ ਔਰ ਇੱਕ ਵਧੀਆ ਪੁਲਿਸਿੰਗ ਅਸੀਂ ਮੋਹਾਲੀ ਜ਼ਿਲ੍ਹੇ ਦੇ ਵਿੱਚ ਦੇ ਸਕੀਏ ਥੈਂਕ ਯੂ ਸੋ ਮਚ ਫੋਰ ਪੇਸ਼ੈਂਟ ਹੇਅਰ ਮੈਮ ਇੱਕ ਜਿਹੜੀ ਸਭ ਤੋਂ ਵੱਡੀ ਰਿਕਵਰੀ ਹੈ ਥਾਰ ਜੀ ਦੇ I20 ਜੀ ਇਹ ਪੂਰਾ ਇਹਨਾਂ ਦਾ ਕੀ ਹੈ ਕਿ ਇਹ ਗੈਂਗ ਹੈ ਉਹਦੀ ਜਿਹੜੀ ਖੁਸ਼ੀ ਹੈ ਜੀ ਉਹਦਾ ਕੀ ਰੋਲ ਹੈ ਕਿਉਂਕਿ ਦੋ ਵੱਡੀ ਵਾਰਦਾਤਾਂ ਹੋਈਆਂ ਕੱਲ ਇੱਕ I20 ਇਹਨਾਂ ਦਾ ਮੋਟਿਵ ਆਫ ਬ੍ਰੈਂਡਿੰਗ ਕੀ ਹੁੰਦਾ ਸੀਗਾ ਇਹ ਕਿੰਨੇ ਦਿਨਾਂ ਤੋਂ ਕੰਮ ਕਰ ਰਹੇ ਸੀ ਔਰ ਇਹਨਾਂ ਨੇ ਆਪਣਾ ਹੀ ਜ਼ਿਲ੍ਹਾ ਕਿਉਂ ਇਸ ਤਰ੍ਹਾਂ ਦਾ ਪਹਿਲਾਂ I20 ਵੀ ਇਸ ਤਰ੍ਹਾਂ ਦੀ ਕੋਈ ਔਰ ਕੱਲ ਜਿਹੜਾ ਇਹ ਵਾਰਦਾਤ ਇਹਦੇ ਵਿੱਚ ਜਿਹੜੀ ਖੁਸ਼ੀ ਹੈਗੀ ਹੈ ਇਹਦਾ ਰੋਲ ਥਾਰ ਗੱਡੀ ਦੀ ਸਨੈਚਿੰਗ ਦੇ ਵਿੱਚ ਨਹੀਂ ਹੈਗਾ
इहदे विच जिहड़ी खुशी हैगी है इहदा रोल थार गड्डी दी स्नैचिंग दे विच नहीं है, इहदा रोल I-20 गड्डी दी स्नैचिंग दे विच हैगा। ते इह जिहड़ी पूरा गैंग जिहड़ा बनिया हैगा उह इस करके बनिया क्योंकि इह अर्शदीप ते अर्शदीप ते गुरप्रीत सिंह इह दोनों जिहड़े हैगे इह बरकंडी बठिंडे तों हैगे। तो इन्हां दे नाल इह जिहड़ा जसपाल हैगा इह वी पिछों बठिंडे तों हैगा लेकिन इह इत्थे आ के अपनी सिस्टर कोल रहिंदा सीगा। सो ता करके जसपाल दे थ्रू ये दोनों बठिंडे दे जिहड़े बंदे हैगे ये इत्थे इहदे कोल आंदे रहिंदे सी, गलबात करदे रहिंदे सीगे। ते विक्रम जिहड़ा हैगा उह वी जिथे ये जसपाल रहिंदा उह वी इहदे नेड़े ही रहिंदा हैगा, ता करके इन्हां दी आपस दे विच वाकफियत हो गई सीगी। अच्छा, ये चारों जने जिहड़े हैगे ये 3B2 मार्केट दे विच फ्रीकुएंटली जांदे सीगे। उत्थे अंगद जिहड़ा मुंडा हैगा चंडीगढ़ सैक्टर 35 दा उह वी उत्थे आंदा सीगा, तो इकट्ठे खांदे पींदे इन्हां दी आपस च गलबात हो गई। उत्थे ही जिहड़ी हैगी है कुड़ी शैमा ए सोहाणे ए वी इत्थे नेड़े ही सोहाणे जिहड़ी हैगी रेंट ते रहिंदी है, ए वी इत्थे पार्लर वगैरह दा काम करदी सीगी। ते उत्थे ही घूमदे फिरदे इन्हां दी आपस दे विच गलबात हो गई, ये इकट्ठे हो गए ते इन्हां ने इस तरीके दी वारदात करन दा प्लान बना लिया। मारुति जेन कार है वो हले तक रिकवर नहीं हुई है, वो आपां रिकवर करनी है। ते जिहड़ी स्विफ्ट डिजायर कार हैगी है ये जिहड़ा अंगद जोध मुंडा हैगा सैक्टर 35 चंडीगढ़ दा ये इहदे नाम ते हैगे, यानी किस्ता ते लई सीगी ये रिकवर हो गई है। मैम एक छोटा जिहा सुझाव है मेरा, जिहड़े वड्डे पॉइंट ने जिवें राधा स्वामी भवन दे कोल सैक्टर 70 कतरा ते गुरुद्वारा सिंह जी दा भवन कोल, तुसीं देखोगे उत्थे अक्सर मंगण वाले आ ਵੇਚਣ ਦੇ ਬਹਾਨੇ ਉਹ ਬਹੁਤ ਜ਼ਿਆਦਾ ਉਹ ਰਹਿੰਦੇ ਵੀ ਉੱਥੇ ਨੇ। ਹਾਂਜੀ, ਉਹਨਾਂ ਦਾ ਟਿਕਾਣਾ ਵੀ ਕੀ ਹੈ, ਰਾਤ ਨੂੰ ਜੇ ਤੁਸੀਂ ਉੱਥੇ ਦੇਖੋ ਉਹ ਰਿੰਕ ਵੀ ਕਰਦੇ ਨੇ, ਵੀ ਉਹ ਸਭ ਉਹਨਾਂ ਦਾ ਉੱਥੇ ਚੱਲਦਾ। ਅਤੇ ਇਹ ਕ੍ਰਿਮੀਨਲ ਐਕਟੀਵਿਟੀਜ਼ ਵਿੱਚ ਵੀ ਉਹ ਨੇ, ਇਹਨੂੰ ਕੋਈ ਮਤਲਬ ਰੋਕ ਨਹੀਂ ਹੈ ਕਿਉਂਕਿ ਇਹਦੇ ਨਾਲ ਪਬਲਿਕ ਨੂੰ ਵੀ ਹੈਰਾਨ ਨਹੀਂ ਅਤੇ ਜਿਹੜੀਆਂ ਦੁਨੀਆਂ ਬਾਹਰ ਦਾ। ਚੰਡੀਗੜ੍ਹ ਪੁਲਿਸ ਨੇ ਇਹਨਾਂ ਨੂੰ ਕੱਢਤਾ ਸੀ ਬਾਹਰ, ਫਿਰ ਮੋਹਾਲੀ ਆ ਗਏ ਸੀ। ਮੋਹਾਲੀ ਆ ਪਹਿਲਾਂ ਇਹਨਾਂ ਨੂੰ ਮੋਹਾਲੀ ਤੋਂ ਵੀ ਰੋਕ ਕੇ ਕੀਤਾ ਗਿਆ ਸੀ, ਉਹ ਦੁਬਾਰਾ ਫਿਰ ਆ ਕੇ ਬੈਠ ਗਏ। ਉੱਥੇ ਕੁਛ ਨਾ ਕੁਛ ਵੇਚਣ ਦੇ ਬਹਾਨੇ, ਪੈਨ ਵੇਚਣ ਦੇ, ਬਰਡਸ ਵੇਚਦੇ, ਈਅਰਬਡਸ ਹੋਏ, ਹੋਰ ਇੱਦਾਂ ਦੀ ਚੀਜ਼ ਉਹ ਲੈ ਕੇ ਘੁੰਮਦੇ ਨੇ। ਬਟ ਜਦੋਂ ਲਾਈਟਾਂ ਹੁੰਦੀਆਂ ਉਦੋਂ ਫਿਰ ਗੱਡੀਆਂ ਹਾਂ ਹੌੜ ਇੱਦਾਂ ਚੱਲੀ ਜਾਂਦਾ। ਉਹ ਬੇਸਿਕਲੀ ਮੈਮ ਗੈਂਗ ਹੈ। As you claimed it, she was only involved in I-20, not so much she was also, as per press note, she was also involved in this. The said female was a CCTV ਵਿੱਚ ਤਾਂ ਦਿਖ ਰਹੇ ਹੋ ਜਿਹੜੀ ਕੁੜੀ ਹੈ ਵਿਪਲ ਅਗਰਵਾਲ, ਉਹ ਡੂ ਦੀ ਕਰੈਕਸ਼ਨਸ, ਉਹਨਾਂ ਨਾਲ ਗੱਲਬਾਤ ਵੀ ਕਰ ਰਹੀ ਹੈ ਮੁੰਡਿਆਂ ਨਾਲ ਜਿਹੜੇ ਆਈ ਸੀ ਕਿ ਰੋਕੋ ਕਰਨ ਵਾਲੇ, ਤਾਂ ਇਹਦੀ ਥਾਰ ਦੇ ਜੀ ਕਿਸੇ ਤਰ੍ਹਾਂ ਦੀ ਕੋਈ ਇਨਵੋਲਵਮੈਂਟ ਨਹੀਂ ਜਾਂ ਇਹਨੇ ਬੁਲਾਏ ਸੀ ਜੀ, ਕਿਉਂਕਿ ਦੀਪਕ ਅਗਰਵਾਲ ਕਹਿੰਦੇ ਉਹ ਨਾਲ ਦੇ ਨਾਲ ਚੈਟਿੰਗ ਵੀ ਕਰ ਰਹੇ ਸੀ, ਕੋਈ ਇਹਦੀ ਇਨਵੋਲਵਮੈਂਟ ਇਹਦੇ ਨਾਲ ਨਹੀਂ ਕਿਸ ਤਰ੍ਹਾਂ ਦੀ। ਕਿਸਕੀ ਬਾਤ ਕਰ ਰਹੇ ਹੋ? उसका नाम पूजा था, शी इज अ डिफरेंट लेडी एंड दिस लेडी खुशी शी इज अ डिफरेंट लेडी, ये क्रिमिनल है। वो जो पूजा लेडी है जो उनकी कंपेनियन थी, शी इज अ डिफरेंट लेडी। वो दो सजेशंस आए आपकी तरफ से, ठीक। मैम ये जिहड़े अर्शदीप जसपाल ये जिहड़ा गैंग है, ये एक के वेरीफाई करता सी कि कोई जा रहा है उहदे पिछे गड्डी ला के, मतलब
नहीं, इन लोगों ने सोच रखा था कि हमें इनके मन में आया कि भी सानू एक गड्डी चाहिए है, भी सानू गड्डी दी लोड हैगी है। सो दे जस्ट दे वर ऑन द प्राउल दैट किसको फसाए, तो दे सो कि ये थार गड्डी आ रही है इनू फसा लो। हाँ जी हाँ जी हाँ जी बिल्कुल। नहीं सोचा तो पहले ही इन्होंने, प्लानिंग तो पहले ही सी, कॉन्स्पिरसी तो पहले ही सीगी। द आई सेड ना दे वर ऑन द प्रॉल, मतलब दे वो देख रहे सीगे कि हुन कौन फसदा है, जड़ा फस गया उन्हें उन्होंने फसा लिया। थैंक यू सो मच।